ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਵਿਕਰਮ ਸਿੰਘ ਧਨੌਲਾ। ਜਿਵੇਂ ਕਿ ਤੁਸੀਂ ਜਾਣਦੇ ਹੋ, ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਦਾ ਦੌਰ ਵੱਧਦਾ ਜਾ ਰਿਹਾ ਹੈ। ਪੰਜਾਬ ਇਸ ਤਰ੍ਹਾਂ ਇਹੋ ਜਿਹਾ ਮਾਹੌਲ ਬਣਿਆ ਹੋਇਆ ਹੈ ਜਿਵੇਂ ਕਿ ਇੱਥੇ ਯੂਪੀ ਬਿਹਾਰ ਬਣ ਗਿਆ ਹੋਵੇ, ਜਦ ਕਿ ਪੰਜਾਬ ਨਾ ਰਿਹਾ ਹੋਵੇ। ਦਿਨ ਦਿਹਾੜੇ ਹੀ ਲੁੱਟਾਂ ਖੋਹਾਂ ਹੋ ਰਹੀਆਂ ਨੇ, ਚੈਨ ਸਨੇਚਿੰਗ ਹੋ ਰਹੀ ਆ। ਕਿਸੇ ਤੋਂ ਮੋਬਾਈਲ ਖੋਹ ਲਿਆ ਜਾਂਦਾ ਆ, ਇਕੱਲੀ ਔਰਤ ਸੜਕ 'ਤੇ ਤੁਰੀ ਜਾਂਦੀ ਹੋਵੇ, ਉੱਥੋਂ ਪਰਸ ਖੋਹ ਲੈਂਦੇ ਨੇ, ਵਾਲੀਆਂ ਖੋਹ ਲਿੱਤੀਆਂ ਜਾਂਦੀਆਂ ਨੇ, ਗਲ 'ਚੋਂ ਚੈਨੀ ਲਾ ਲਿੱਤੀ ਜਾਂਦੀ ਆ। ਹੋਰ ਵੀ ਕਈ ਪ੍ਰਕਾਰ ਦੇ ਲੁੱਟ ਖੋਹਾਂ ਦੇਖਣ ਨੂੰ ਆਮ ਤੌਰ 'ਤੇ ਹੀ ਮਿਲਦੀਆਂ ਹਨ। ਪਰ ਬੀਤੇ ਰਾਤ ਜਿਹੜੀ ਮੰਗਲਵਾਰ ਦੀ ਰਾਤ ਸੀਗੀ, ਉਹਦੇ ਕੋਲ ਵੱਡੀ ਵਾਰਦਾਤ ਹੋਈ ਆ ਪੰਜਾਬ ਦੇ ਵਿੱਚ। ਪੰਜਾਬ ਦਾ ਜ਼ਿਲ੍ਹਾ ਤਰਨ ਤਾਰਨ ਦੇ ਵਿੱਚ ਕਸਬਾ ਚੋਹਲਾ ਸਾਹਿਬ ਆ ਜੀ, ਉੱਥੇ ਕੱਪੜੇ ਦਾ ਵਪਾਰੀ ਦੱਸਿਆ ਜਾਂਦਾ ਆ, ਜੋ ਕਿ ਜਿਸ ਦੇ ਘਰ ਚੋਰੀ ਹੋਈ ਹੈ। ਇਸ ਚੋਰੀ ਦੇ ਵਿੱਚ ਲੁਟੇਰਿਆਂ ਵੱਲੋਂ 60 ਲੱਖ ਰੁਪਈਆ ਅਤੇ 6 ਕਿਲੋ ਸੋਨਾ ਹੈ ਜਿਹੜਾ ਉਹ ਚੋਰੀ ਕਰਨ ਦੀ ਗੱਲ ਪਰਿਵਾਰ ਵੱਲੋਂ ਆਖੀ ਗਈ ਹੈ। ਪਰ ਸਵਾਲ ਉੱਥੇ ਇਹ ਵੀ ਉੱਠਦਾ ਆ ਅਤੇ ਜਿੱਥੇ ਚੋਰੀ ਹੋਈ ਆ, ਵੀ ਆਪਣੇ ਘਰ ਦੇ ਵਿੱਚ 60 ਲੱਖ ਰੁਪਈਆ ਕੌਣ ਰੱਖਦਾ ਆ ਅਤੇ 6 ਕਿਲੋ ਸੋਨਾ ਕੌਣ ਰੱਖਦਾ ਆ? ਇਹ ਇੱਕ ਜਾਂਚ ਦਾ ਵਿਸ਼ਾ ਹੈ। ਫਿਲਹਾਲ ਪੁਲਿਸ ਜਾਂਚ ਕਰ ਰਹੀ ਆ। ਪੁਲਿਸ ਦੇ ਅਨੁਸਾਰ ਜਿਹੜੇ ਲੁਟੇਰੇ ਸੀਗੇ, ਉਹਨਾਂ ਦੇ ਕੋਲ ਹਥਿਆਰ ਸੀਗੇ, ਹਥਿਆਰਾਂ ਦੀ ਨੋਕ 'ਤੇ ਉਹਨਾਂ ਨੇ ਪਰਿਵਾਰ ਨੂੰ ਬੰਦੀ ਬਣਾ ਕੇ ਅਤੇ ਇਸ ਲੁੱਟ ਨੂੰ ਜਿਹੜਾ ਆ ਦੇਰ ਰਾਤ ਮੰਗਲਵਾਰ ਨੂੰ ਦੇਰ ਰਾਤ ਜਿਹੜਾ ਘਟਨਾ ਨੂੰ ਅੰਜਾਮ ਦਿੱਤਾ ਆ। ਪਰਿਵਾਰ ਦੇ ਸਮੇਤ ਪੂਰੇ ਇਲਾਕੇ ਦੇ ਵਿੱਚ ਜਿੱਥੇ ਸਹਿਮ ਦਾ ਮਾਹੌਲ ਬਣਿਆ ਹੋਇਆ, ਉੱਥੇ ਹੀ ਪੁਲਿਸ ਜਿਹੜੀ ਇਹ ਮਾਮਲੇ ਦੀ ਜਾਂਚ ਕਰ ਰਹੀ ਆ। ਪਰ ਸਵਾਲ ਫਿਰ ਉਹੀ ਉੱਠਦਾ ਆ ਕਿ ਆਪਣੇ ਘਰ ਦੇ ਵਿੱਚ 60 ਲੱਖ ਰੁਪਈਆ ਕੈਸ਼ ਅਤੇ 6 ਕਿਲੋ ਸੋਨਾ ਕੌਣ ਰੱਖਦਾ ਆ? ਧੰਨਵਾਦ।